ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਕਿਸਾਨ ਵੀਰੋ, ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ, ਵੀਡੀਓ ਪਹਿਲੀ ਆਪਣੀ ਅੱਜ ਇਸ ਘਰੋਂ, ਵੀਰ ਗਿੰਦਰ ਦੇ ਕੋਲ ਆਏ ਹਾਂ ਦੋਸਤੋ। ਸ਼ੋਰਟ ਨਾਮ ਵੀਰ ਦਾ ਗਿੰਦਰ ਆ ਅਤੇ ਪੱਕਾ ਨਾਮ ਗੁਰਵਿੰਦਰ ਆ। ਪਿੰਡ ਚੋਲਾ ਸਾਹਿਬ, ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨ ਤਾਰਨ ਸਾਹਿਬ ਲੱਗਦਾ। ਅਤੇ ਚੋਲਾ ਸਾਹਿਬ ਤੋਂ ਦੋਸਤੋ ਇੱਕ ਸੜਕ ਨਿਕਲਦੀ ਹੈ ਪਿੰਡ ਰੱਤੋਕੇ ਨੂੰ, ਜਿਹੜੀ ਚੋਲਾ ਸਾਹਿਬ ਤੋਂ ਪਿੰਡ ਰੱਤੋਕੇ ਨੂੰ ਸੜਕ ਜਾਂਦੀ ਹੈ। ਇਸੇ ਸੜਕ ਦੇ ਉੱਪਰ ਕੋਈ ਬਿਲਕੁਲ ਪਿੰਡ ਤੋਂ ਕੋਈ ਗੱਲ ਕਰੀਏ ਤਾਂ ਸਾਰਾ 100 ਮੀਟਰ 200 ਮੀਟਰ ਹਟਵਾਂ ਵੀਰ ਦਾ ਘਰ ਆ। ਇਸੇ ਸੜਕ ਦੇ ਉੱਪਰ ਚੋਲਾ ਸਾਹਿਬ ਤੋਂ ਰੱਤੋਕੇ ਵਾਲੀ ਸੜਕ ਦੇ ਉੱਪਰ ਘਰ ਆ। ਅਤੇ ਪਸ਼ੂ ਵਪਾਰ ਦਾ ਕਿੱਤਾ ਹੈ ਅਤੇ ਜਿਹੜਾ ਕਿੱਤਾ ਦੋਸਤੋ ਇਹ ਪੀੜ੍ਹੀ ਦਰ ਪੀੜ੍ਹੀ ਚੱਲਦਾ ਆ ਰਿਹਾ ਵੀਰ ਦਾ। ਪਿਤਾ ਪੁਰਖੀ ਜਿਹੜਾ ਕਿੱਤਾ ਵਪਾਰ ਦਾ, ਦਾਦਾ ਕਰਦਾ ਰਿਹਾ, ਫਾਦਰ ਸਾਹਿਬ ਕਿੱਤਾ ਕਰਦੇ ਰਹੇ ਨੇ ਭਲੇ ਟਾਈਮ ਦੇ ਵਿੱਚ। ਅਤੇ ਹੁਣ ਜਿਹੜਾ ਦੋਸਤੋ ਵੀਰ ਗਿੰਦਰ ਵੀ ਜਿਹੜਾ ਵਪਾਰ ਦਾ ਕੰਮ ਕਰਦਾ। ਪਸ਼ੂ ਅੱਜ ਆਪਾਂ ਤੁਹਾਨੂੰ ਵੈਸੇ 2 ਤੋਂ 3 ਨਾਗ ਦਿਖਾਉਣੇ ਸੀ। ਨਾਗ ਜਿਹੜੇ ਸੇਲ ਵੀ ਹੋ ਚੁੱਕੇ ਆ, ਇੱਕ ਨੀਲੀ ਦੀ ਮੱਝ ਜਿਹੜੀ ਹੈ ਵੀ ਵੇਚ ਦਿੱਤੀ ਹੈ ਵੀਰ ਨੇ, ਇਹ ਸੇਲ ਹੋ ਗਈ ਹੈ, ਠੀਕ ਹੈ ਜੀ। ਅਤੇ ਇਹਦੀ ਆਪਾਂ ਗੱਲਬਾਤ ਨਹੀਂ ਕਰਾਂਗੇ, ਇੱਕ ਵਾਰੀ ਆਪਾਂ ਤੁਹਾਨੂੰ ਦਿਖਾ ਦਿੱਤੀ ਆ। ਅਤੇ ਇਹ ਮੱਝ ਸੀਗੀ, ਫਿਲਹਾਲ ਇਹ ਵੀ ਅੱਜ ਆਪਾਂ ਤੁਹਾਨੂੰ ਦਿਖਾ ਦੇਣੀ ਸੀ ਜੇ ਨਾ ਵਿੱਕੀ ਹੁੰਦੀ, ਠੀਕ ਹੈ ਜੀ। ਫਿਲਹਾਲ ਜਿਹੜੀ ਇਹ ਸੇਲ ਹੋ ਚੁੱਕੀ ਆ, ਇਹਦੇ ਬਾਰੇ ਆਪਾਂ ਕੋਈ ਗੱਲ ਨਹੀਂ ਕਰਾਂਗੇ। ਅਤੇ ਇੱਕ ਝੋਟੀ ਬੜੀ ਪਿਆਰੀ ਮੋਹਰਾ ਬ੍ਰੀਡ ਦੇ ਵਿੱਚ ਦੋਸਤੋ ਝੋਟੀ ਆਪਾਂ ਤੁਹਾਨੂੰ ਦਿਖਾਉਣੀ ਆ। ਬੜੇ ਵੱਡੇ ਉੱਚੇ ਕੱਦ ਕਾਠ ਦੇ ਵਿੱਚ ਦੋਸਤੋ, ਚੰਗੀ ਜੰਮੀ ਪਲੀ, ਸੋਹਣੇ ਵਜਨ ਵਜੂਦ ਵਿੱਚ ਇਹ ਝੋਟੀ ਵਕਾਊ ਆ ਮੋਹਰਾ ਬ੍ਰੀਡ ਦੀ। ਅਤੇ ਪੂਰੀ ਗੱਲਬਾਤ ਆਪਾਂ ਵੀਰ ਗਿੰਦਰ ਦੇ ਨਾਲ ਕਰਦੇ ਹਾਂ, ਪੁੱਛ ਲੈਂਦੇ ਹਾਂ ਕੀ ਡਿਟੇਲ ਆ ਅੱਜ ਇਸ ਝੋਟੀ ਦੀ। ਸਭ ਤੋਂ ਪਹਿਲਾਂ ਗਿੰਦਰ ਵੀਰੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਭਾਅ ਜੀ। ਹੋਰ ਭਾਅ ਜੀ ਗਿੰਦਰ ਸਤਿ ਸ੍ਰੀ ਅਕਾਲ, ਠੀਕ ਠਾਕ ਵੀਰੇ? ਹਾਂਜੀ ਵਧੀਆ, ਸੰਧੂ ਸਾਹਿਬ ਤੋਂ ਹੀ ਸੁਣਾਓ। ਬੜੇ ਵਧੀਆ ਵੀਰੇ, ਬੜੇ ਵਧੀਆ ਗਿੰਦਰ। ਅੱਛਾ ਵੀਰੇ ਗਿੰਦਰ, ਵਪਾਰ ਦਾ ਕੰਮ ਜਿਹੜਾ ਆਪਾਂ ਦੱਸਿਆ ਸੀ, ਪਿਤਾ ਪੁਰਖੀ ਆ ਤੇ ਪੀੜ੍ਹੀ ਦਰ ਪੀੜ੍ਹੀ ਤੁਰਿਆ ਆ ਰਿਹਾ ਆਪਣਾ। ਹਾਂਜੀ ਸੰਧੂ ਸਾਹਿਬ, ਇਹ ਆਪਣੀ 3ਜੀ ਪੀੜ੍ਹੀ ਆ ਹੁਣ। ਅੱਛਾ ਜੀ। ਤੇ ਕਾਰਨ ਪਹਿਲਾਂ ਚਲੋ ਵੀਡੀਓ ਆਪਾਂ ਤਾਂ ਨਹੀਂ ਵੀ ਆਪਣਾ ਲੋਕਲ ਮਾਲ ਵਿਕੀ ਵਿਕੀ ਜਾਂਦਾ ਹੈ। ਹਾਂਜੀ ਹਾਂਜੀ। ਹੁਣ ਫਿਰ ਆਪਣਾ ਪ੍ਰੇਮ ਬੜਾ ਹੀ ਤੁਹਾਨੂੰ ਪਤਾ ਉਹਦੇ ਨਾਲ ਵੀਰ ਨਾਲ। ਬਿਲਕੁਲ। ਉਹ ਫਿਰ ਆਂਦਾ ਵੀ ਆਪਾਂ ਵੀਡੀਓ ਪਾਇਆ ਕਰੀਏ, ਮੈਂ ਕਿਹਾ ਚੱਲ ਕੋਈ ਗੱਲ ਨਹੀਂ। ਆ ਚਾਹੀਦਾ ਚਾਹੀਦਾ ਮਾਲ, ਤੁਸੀਂ ਵੀ ਚੰਗਾ ਸਾਫ ਸੁਥਰਾ ਲੈਂਦੇ ਜੇ। ਹਾਂਜੀ ਸਾਫ ਸੁਥਰਾ ਲਈਦਾ ਵਾ, ਇਹਨਾਂ ਸਾਫ ਸੁਥਰੇ ਨਾਲ ਫਿਰ ਗਾਹਕ ਘਰਾਂ ਵਾਲੇ ਬਹੁਤ ਜੁੜੇ ਆ। ਹੁਣ ਆਲਰੇਡੀ ਨੀਲੀ ਰਾਵੀ ਵਾਲੀ ਉਹ ਪਾਉਣੀ ਵੀਡੀਓ ਡੱਕੀ, ਚੋਣ ਵਾਲੀ ਡੱਕੀ ਆਪਾਂ, ਉਹ ਮੁੜ ਕੇ 8:30 ਬੰਦੇ ਆ ਗਏ। ਫਿਰ ਉਹ ਆਂਦੇ ਵੀ ਨਹੀਂ, ਉਹਨਾਂ ਨੂੰ ਮੈਂ ਦੱਸਿਆ, ਮੈਂ ਕਿਹਾ ਮੈਂ ਵੀਡੀਓ ਪਾਉਣੀ ਆ। ਹਾਂਜੀ। ਉਹ ਆਂਦੇ ਨਹੀਂ ਆਪਾਂ ਵੀਡੀਓ ਤੂੰ ਇਹਦੀ ਪਾ ਲਾ ਇੱਕ ਦੀ ਤੇ ਚੱਲ ਸਾਨੂੰ ਉਹ ਦੇ ਦੇ, ਉਹ ਘਰ ਚ ਉਹਨੂੰ ਨਾ ਲਈਏ। ਠੀਕ ਆ ਠੀਕ ਆ। ਅੱਗੇ 2-3 ਮਹੀਨੇ ਆਪਣੇ ਤੋਂ ਖੜੀਆਂ ਹੋਣਾ। ਠੀਕ ਆ ਜੀ। ਤਾਂ ਕਰਕੇ ਫਿਰ ਠੀਕ ਆ। ਇਹ ਸੰਧੂ ਸਾਹਿਬ ਚੌਗੀ ਆ ਝੋਟੀ, 4 ਦੰਦ ਜੀ। ਲਓ ਜੀ। ਹਾਂਜੀ ਮੂੰਹੋਂ ਦੋਸਤੋ 4 ਦੰਦ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ, ਠੀਕ ਆ ਜੀ। ਹਾਂਜੀ। ਤੇ ਕੱਦ ਬੁੱਤ ਪੂਰਾ ਆਇਆ ਝੋਟੀ ਦਾ, ਵੱਡੇ ਕੱਦ ਕਾਠ ਦੇ ਵਿੱਚ ਆ। ਢਾਂਚਾ ਢੂੰਚਾ ਤੁਸੀਂ ਝੋਟੀ ਦਾ ਚੈੱਕ ਕਰੋ, ਬਹੁਤ ਪਿਆਰੀ ਥੱਲੇ ਲੇਵੇ ਦੀ ਕਮਾਲ ਆ, ਠੀਕ ਆ ਜੀ। ਤੇ ਇਹਨੂੰ ਅੱਜ ਸੂਈ ਨੂੰ ਕਿੰਨੇ ਕੁ ਦਿਨ ਹੋ ਗਿਆ ਵੀਰ? ਸੂਈ ਨੂੰ ਇਹਨੂੰ 12-13 ਦਿਨ ਦੇ ਨੇੜੇ ਤੇੜੇ ਹੋਊਗਾ ਜੀ। 12-13 ਹਾਂ, ਹੁਣ ਚਲੋ ਸਾਫ ਸੁਫ ਕਰਦੀ, ਬਾਕੀ ਪੀਕ ਮਾਰਦੀ ਆ ਜਿਹੜਾ ਦੂਜਾ ਮੈਲਾ, ਪੱਕਾ ਮੈਲਾ ਮਾਰਦੀ। ਠੀਕ ਹੈ ਜੀ। ਹਾਂਜੀ ਠੀਕ ਹੈ। ਹੁਣ ਦੁੱਧ ਕਿੰਨਾ ਦੱਸਿਆ ਤੇ ਥੱਲੇ? ਹੁਣ ਦੁੱਧ ਹੋਊਗਾ ਇਹਦੇ ਥੱਲੇ ਪੱਕਾ, ਜਿਹੜਾ ਠੰਡਾ ਦੁੱਧ 9 ਲੀਟਰ ਹੋਊਗਾ। 9 ਲੀਟਰ? ਹਾਂਜੀ ਠੀਕ ਹੈ। ਚਾਹੇ ਕੋਈ ਮਤਲਬ ਲੀਟਰ ਮਾਰ ਕੇ ਲੈ ਜੇ। ਹਾਂਜੀ ਜਿਸ ਤਰ੍ਹਾਂ ਮਰਜ਼ੀ, ਅੱਜ ਤਸੱਲੀ ਕਰਕੇ ਚੋਣ ਪਸਮਾ ਹੈ ਵਧੀਆ ਟੌਪ ਦਾ, ਬੰਦਾ ਚੋਲੇ ਜਨਾਨੀ ਚੋਲੇ ਕੋਈ ਇਹੋ ਜਿਹੀ ਗੱਲ ਨਹੀਂ। ਠੀਕ ਹੈ ਜੀ। ਹਾਂਜੀ ਲਓ ਦੋਸਤੋ, ਮੂੰਹੋਂ ਚੌਗੀ 4 ਦੰਦ ਝੋਟੀ ਆ, ਬੇਲ ਬੂਲ ਬੜੀ ਸੋਹਣੀ ਆ ਝੋਟੀ ਦੀ, ਠੀਕ ਆ ਜੀ। ਤੇ ਹੈ ਵੀ ਗੁਲਾਈ ਦੇ ਵਿੱਚ, ਪੂਰਾ ਸਿੰਘ ਗੁਲਾਈ ਦੇ ਵਿੱਚ ਆ, ਚੌੜਾ ਪਿੱਠ ਪੂੜਾ। ਤੇ 9 ਕਿਲੋ ਜਿਹੜਾ ਕੋਈ ਵੀਰ ਲੀਟਰ ਮਾਰ ਲੈ, ਠੀਕ ਆ ਜੀ। ਤੇ ਵੈਸੇ ਜਿਹੜਾ ਤੁਸੀਂ ਕੰਡਾ ਕਰ ਲਓ ਜਾਂ ਲੀਟਰ ਮਾਰ ਲਓ, 9 ਕਿਲੋ ਦੁੱਧ ਐਸਟੀਮੇਟ ਜਿਹੜਾ ਇਹਦੇ ਥੱਲੇ ਹਾਜ਼ਰ ਆ। ਸੋ ਬਾਕੀ ਥੱਲੇ ਲੇਵੇ ਦੀ ਤੁਸੀਂ ਵੇਖ ਸਕਦੇ ਜੇ, ਬਿਲਕੁਲ ਬੰਦ ਲੇਵੇ ਦੀ ਆ ਤੇ ਪੂਰਾ ਨਿੱਗਰ ਲੇਵਾ। ਸੋ ਪਿੰਡੇ ਦੀ ਨਿੱਗਰ ਆ, ਹਾਈਟ ਲੈਂਥ ਤਾਂ ਮੋਸਟਲੀ ਸਾਰੇ ਵੀਰਾਂ ਨੇ ਤੁਸੀਂ ਵੇਖ ਕੇ ਜੱਜਮੈਂਟ ਕਰ ਹੀ ਲੈਣੀ ਆ। ਸਿੰਗੀ ਸੁੰਗੀ ਬੜੀ ਪਿਆਰੀ ਆ, ਠੀਕ ਆ ਜੀ। ਆ ਛੋਟਾ ਸਿੰਘ,
ਆਹ ਦੇਖੋ ਜੀ, ਆਹ ਫੇਸ ਕੁਆਲਿਟੀ ਹੈ, ਠੀਕ ਆ, ਆਹ ਦੇਖੋ। ਤੇ ਮਗਰ ਇਹਦੇ ਕੱਟਾ ਕੋਈ 12-15 ਕੁ ਦਿਨਾਂ ਦਾ ਸੂਗਾ। ਹਾਂਜੀ, ਇੰਨਾ ਗਾ। ਠੀਕ ਹੈ ਜੀ, ਤੇ ਚੋਣ ਜਾਣ ਵੇਲੇ ਕਿੰਦਰ ਕਿਵੇਂ ਆ ਚੋਈ? ਚੋਣ ਬਹੁਤ ਜ਼ਿਆਦੀ ਖਰੀ ਹੈ ਜੀ, ਚੋਣ ਜਿੱਦਾਂ ਆਪਾਂ ਚਿਫ ਗਾਵਾਂ ਆਦੀਏ ਨਾ, ਉਹਨਾਂ ਨਾਲੋਂ ਵੀ ਜ਼ਿਆਦੀ ਬੋਲੀ। ਪਹਿਲਾਂ ਝੋਟੀ ਹੈ ਤਾਂ ਕਿਸੇ ਤਰ੍ਹਾਂ ਦੀ ਕੋਈ ਔਲ ਸ਼ੌਲ ਤਾਂ ਨਹੀਂ ਕੀਤੀ ਸੀਗੀ? ਨਾ 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 ਨਾ, ਜਿੱਦਾਂ ਕਿ ਪਹਿਲਾਂ ਝੋਟੀ ਕਈ ਨਾਲ ਸੁਣਦੀ ਹੈ ਤੇ ਮਾੜਾ ਮੁੜ ਕੇ ਔਲ ਊਲ ਕਰ ਜਾਂਦੀ ਹੈ। ਬਾਕੀ ਸੰਧੂ ਸਾਹਿਬ ਆਪਾਂ ਨੂੰ ਲਿਆਂਦੀ ਨੂੰ 3-4 ਦਿਨ ਹੋ ਗਏ ਆ। ਹਾਂਜੀ, ਵੀਡੀਓ ਚਲੋ ਉਦਣ ਦੀ ਪਾ ਦੇਣੀ। ਹਾਂਜੀ, ਬਾਕੀ ਆਪਾਂ ਵਰਾ ਕੇ ਚਵਾ ਕੇ ਮੈਂ ਵਿਖਾਵਾਂਗੇ, ਚਵਾਈ ਕਰਕੇ ਦੇਵਾਂਗੇ। ਹੁਣੇ ਡੱਕੀ ਚੋਣ ਵਾਲੀ ਅਜੇ। ਠੀਕ ਹੈ ਜੀ, ਤੇ ਇਹ ਮੈਂ ਥੋੜੀ ਜਿਹੀ ਨਾ ਡਰਦੀ ਬਹੁਤ ਜ਼ਿਆਦਾ ਸੀ, ਜ਼ਿਆਦਾਤਰ ਰਹੀ ਆ ਇਹ ਜਨਾਨੀਆਂ ਕੋਲ ਹੀ ਮੈਂ। ਓਕੇ ਓਕੇ ਓਕੇ, ਕਾਰਨ ਇਸ ਤਰ੍ਹਾਂ ਸੀ ਵੀ ਉਹ ਬੰਦੇ ਡਿਊਟੀ ਕਰਦਾ ਸੀ ਜਿੱਥੋਂ ਦੋਵੇਂ ਪਿਓ ਪੋਤੀ ਉਹ ਨਿਕਲ ਜਾਂਦੇ ਕੰਮ ਤੇ ਚਲੇ ਜਾਂਦੇ ਸੀ ਜੌਬ ਜਾ, ਫਿਰ ਉਹ ਜਨਾਨੀਆਂ ਰਹਿੰਦੀਆਂ ਇਹਨਾਂ ਦੇ ਲਾਗੇ, ਬੰਦਾ ਨੇੜੇ ਗਿਆ ਨਹੀਂ ਕੋਈ, ਬੈਕ ਸਾਈਡ ਕੋਠੀ ਦੇ ਮਗਰਲੇ ਬੰਨੇ ਮੈਂ ਸੀ। ਬਿਲਕੁਲ ਬਿਲਕੁਲ, ਤਾਂ ਕਰਕੇ ਇਹ ਜਿਹੜੀ ਮੈਂ ਆ ਡਰਦੀ ਬਹੁਤ ਜ਼ਿਆਦਾ ਬੰਦੇ ਨੂੰ। ਜੋ ਆਪਾਂ ਕਹਿ ਲਈਏ ਵੀ ਪੱਠਾ ਡੱਕਾ ਖਵਾਉਣਾ ਪਿਉਣਾ ਪਾਣੀ ਢਾਉਣਾ, ਉਹ ਬੀਬੀਆਂ ਦੇ ਸਿਰ ਤੇ ਇਹ ਮੈਂ ਜਿਹੜੀ ਆ ਕੋਈ ਇਹ ਨਹੀਂ ਵੀ ਆਖੂ ਕਿ ਮੈਂ ਨਹੀਂ ਤੈਨੂੰ ਬਹਿਣ ਦੇਣਾ। ਬਿਲਕੁਲ ਜੀ ਬਿਲਕੁਲ। ਹਾਂਜੀ, ਲਓ ਵੀ ਭਰਾਵੋ ਇੱਕ ਵਾਰੀ ਤੁਹਾਨੂੰ ਆਪਾਂ ਤੋੜ ਕੇ ਜਿਹੜੀ ਆ ਦਿਖਾ ਰਹੇ ਹਾਂ, ਠੀਕ ਆ ਜੀ, ਆ ਕਰਿਓ ਚੈੱਕ। ਮੋਰਾ ਬਰੀਡ ਦੀ ਇਹ ਜਿਹੜੀ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ, ਬਹੁਤ ਸੋਹਣੀ ਨਿੱਗਰ ਲੇਵੇ ਦੇ ਵਿੱਚ, ਚੌੜਾ ਪਿੱਠ ਪੂਰਾ, ਸੋਹਣੀ ਹਾਈਟ ਲੈਂਥ, ਤੇ ਸੋ ਚੰਗੀ ਡਾਢੀ ਜਿਹੜੀ ਦੋਸਤੋ ਸੋਹਣੀ ਹੈ, ਠੀਕ ਆ, ਬਿਊਟੀ ਦੇ ਵਿੱਚ ਵੀ ਬਹੁਤ ਖੂਬਸੂਰਤ। ਸੋ ਵੇਲ ਪੱਖੋਂ ਲੰਬਾਈ ਉਚਾਈ ਦੋਨੋਂ ਪੱਖੋਂ ਦੋਸਤੋ ਪੂਰੀ ਆ ਝੋਟੀ, ਠੀਕ ਆ। ਸੋ ਨਾਲ ਦੀ ਨਾਲ ਇੱਕ ਨਵਾਂ ਪਸ਼ੂ ਆ, ਕੋਈ ਵੀਰ ਆਪਣੇ ਕਿੱਲੇ ਦੇ ਲਿਜਾ ਕੇ ਕੋਈ 2-4 ਸੂਏ ਪੀਊਗਾ, ਠੀਕ ਆ ਜੀ, ਦੁੱਧ। ਅਤੇ ਬਹੁਤ ਫਿਗਰ ਤੁਸੀਂ ਵੇਖੋਗੇ, ਬਾਡਾ ਬੂਡਾ ਬਹੁਤ ਜ਼ਿਆਦਾ ਸੋਹਣਾ ਕਰਮਾਲੀ ਨੂੰ ਲੱਗਾ, ਚੌੜਾ ਪਿੱਠ ਪੂਰਾ, ਸੋਹਣੀ ਹਾਈਟ ਲੈਂਥ, ਠੀਕ ਆ। ਤੇ ਚਵਾਈ ਜਿਹੜੀ ਤੁਸੀਂ ਨਾਲ ਦੀ ਨਾਲ ਹੀ ਦੇਖ ਰਹੇ ਜੀ, ਠੀਕ ਆ ਜੀ, ਚਵਾਈ ਆਪਾਂ ਨਾਲ ਦੀ ਨਾਲ ਹੀ ਕਰਕੇ ਤੁਹਾਨੂੰ ਦਿਖਾ ਦਿੱਤੀ ਆ, ਇੱਕ ਡੰਗ ਦੀ, ਠੀਕ ਆ ਜੀ। ਤੇ ਉਹ ਤੁਸੀਂ ਵੇਖ ਕੇ ਜਿਹੜਾ ਕੋਈ ਵੀਰ ਵੀ ਸੌਦਾ ਕਰਨਾ ਚਾਹੁੰਦਾ, ਉਸ ਵਿਹਾਵ ਤੇ ਤੁਸੀਂ ਸੌਦਾ ਕਰ ਲਿਓ, ਇੱਥੇ ਆਣ ਕੇ ਆਪਣੀ 2 ਟਾਈਮ ਨਹੀਂ 3 ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਓ, ਠੀਕ ਆ ਜੀ। ਤੇ ਚੰਗੀ ਸੋਹਣੀ ਪਿੱਠ ਪੁੜੇ ਦੀ ਮਾਲਕਣ, ਸੋਹਣੇ ਹਵਾਨੇ ਲੇਵੇ ਦੇ ਵਿੱਚ ਇਹ ਝੋਟੀ ਜਿਹੜੀ ਦੋਸਤੋ ਅੱਜ ਵੀਰ ਗਿੰਦਰ ਹੋਣਾ ਦੇ ਕੋਲੇ ਵਿਕਾਊਗਾ, ਠੀਕ ਆ। ਲਓ ਵੀ, ਸੋ ਝੋਟੀ ਪਸੰਦ ਆਊਗੀ ਦੋਸਤੋ, ਕੋਈ ਵੀਰ ਆਉਂਦਾ ਇਸ ਝੋਟੀ ਤੇ ਛੱਡ ਕੇ ਨਹੀਂ ਜਾਂਦਾ ਗਾ, ਠੀਕ ਆ। ਤੇ ਬਾਕੀ ਗਿੱਦਰ ਭਾਈ ਨਾਲ ਦੀ ਨਾਲ ਆਪਾਂ ਚਵਾਈ ਤਾਂ ਚਲੋ ਦਿਖਾਈ ਦਿੱਤੀ ਆ, ਬਾਕੀ ਚੋਣ ਚਾਣ ਐਨ ਪੋਲੀ ਭਰਾ ਦਿਖਾਉਣੀ ਹੈ ਜੀ। ਹਾਂਜੀ ਹਾਂਜੀ, ਵੀ ਚੋਣ ਚਾਣ ਪੋਲੀ ਆ, ਭਰਾਉਣ ਭਰਾਉਣ ਬਹੁਤ ਜ਼ਿਆਦਾ ਪੋਲੀ ਹੈ ਜੀ। ਠੀਕ ਹੈ ਜੀ, ਤੇ ਇਹਦਾ ਮੁੱਲ ਗਿੰਦਰ ਭਾਈ ਕੀ ਰੱਖਿਆ, ਕੀ ਡਿਮਾਂਡ ਕਰਦੇ ਜੀ? ਇਹਦਾ ਮੁੱਲ ਸੰਧੂ ਸਾਹਿਬ ਜੇ ਤੇ ਆਪਾਂ ਮੁੱਲ ਵਾਲੇ ਬੰਨੇ ਜਾਣੀਏ, ਫਿਰ ਤੇ ਝੋਟੀ ਦਾ ਕੋਈ ਮੁੱਲ ਹੀ ਨਹੀਂ ਜਿੱਥੇ ਕੱਦ ਬੁੱਤ ਲੱਗਾ। ਹੁਣ ਆਪਾਂ ਮੰਗਣ ਨੂੰ ਭਾਵੇਂ ਇਹਦਾ 1-20 ਮੰਗੀ ਜਾਈਏ, 15 ਮੰਗੀ ਜਾਈਏ, 1-5 ਦੀ ਹਾਂ ਨਾ ਦੇ ਦਿਆਂਗੇ। 1-5 ਦੀ? ਹਾਂਜੀ। ਗਿੰਦਰ ਭਾਈ ਵੀਡੀਓ ਪਹਿਲੀ ਆਪਣੀ, ਪਰ ਜਿੰਨਾ ਵੀ ਹੋ ਸਕਦਾ ਮਾਨਤਾ ਆਪਾਂ ਕਰ ਦੇਣਾ ਵਿੱਚ, ਜ਼ਰੂਰ ਕਰਾਂਗੇ ਭਾਜੀ। ਠੀਕ ਹੈ ਜੀ, ਹਾਂਜੀ। ਲਓ ਦੋਸਤੋ, 1,05,000 ਦੀ ਇਹ ਝੋਟੀ ਤੁਹਾਨੂੰ ਮਿਲ ਜੂਗੀ ਅੱਜ। ਸੋ ਸਾਰੇ ਮੇਰੇ ਵੀਰ ਚਾਹਵਾਨ ਜਿਹੜਾ ਕੋਈ ਘਰੇ ਪਸ਼ੂ ਟਿਕਾਉਣਾ ਚਾਹੁੰਦਾ, ਠੀਕ ਹੈ ਜੀ, ਤੇ ਘਰੇ ਪਸ਼ੂ ਰੱਖਣਾ ਤੁਸੀਂ ਢੰਗ ਦਾ ਪਸ਼ੂ ਰੱਖਣਾ ਚਾਹੁੰਦੇ ਜੇ, ਸ਼ੌਕੀਨ ਆ, ਸ਼ੌਕੀਨ ਵੀ ਪੂਰਾ ਹੋਵੇ, ਦੁੱਧ ਵਾਲਾ ਵੀ ਹੋਵੇ, ਤੇ ਬੱਜਾ ਵੀ ਜਿਹੜਾ ਸੋਹਣਾ ਲੱਗੇ, ਠੀਕ ਆ ਜੀ, ਕੋਈ ਆਂਢ ਗਵਾਂਢ ਵਾਲੇ ਵੀਰ ਭੈਣ ਭਰਾ ਵੀ ਸੱਜਣ ਪੁੱਛਣ, ਤੇ ਝੋਟੀ ਬਹੁਤ ਖੂਬਸੂਰਤ ਆ, ਤੁਸੀਂ ਹੱਥ ਪਾ ਲਿਓ, ਠੀਕ ਆ ਜੀ। ਤੇ ਇੱਕ ਗਿੰਦਰ ਵੀਰੇ ਨੰਬਰ ਆਪਣੇ ਬੋਲ ਦਿਆ ਜੀ, ਨੰਬਰ ਸੰਧੂ ਸਾਹਿਬ ਲਿਖੋ, 95925। ਹਾਂਜੀ, 64563। ਠੀਕ ਆ ਜੀ, ਹਾਂਜੀ।
ਲਓ ਵੀ ਦੋਸਤੋ ਇੱਕੋ ਨੰਬਰ ਹੀ ਚੱਲਦਾ ਨਾ ਆਪਣੇ ਕੋਲ, ਇੱਕੋ ਹਾਂਜੀ ਭਾਈ। ਲਓ ਜੀ ਇਹੋ ਨੰਬਰ ਦੋਸਤੋ ਵੀਰ ਗਿੰਦਰ ਦੇ ਕੋਲ ਚੱਲਦਾ, ਠੀਕ ਆ ਜੀ। ਤੇ ਪਸ਼ੂ ਆਉਂਦੇ ਰਹਿੰਦੇ ਆ, ਦੋ ਚਾਰ ਨਗ ਜਿਹੜੇ ਇਸ ਕਿੱਲੇ ਦੇ ਉੱਪਰ ਹੁੰਦੇ ਆ, ਬਿਲਕੁਲ ਜਦੋਂ ਮਰਜ਼ੀ ਤੁਸੀਂ ਸੰਪਰਕ ਕਰ ਲਿਓ, ਨਵੇਂ ਪਸ਼ੂ ਆ ਜਾਂਦੇ ਆ। ਤੇ ਨਵੇਂ ਪਸ਼ੂਆਂ ਦੀ ਡਿਟੇਲ ਦੇ ਲਈ ਤੁਸੀਂ ਦਿੱਤੇ ਗਏ ਨੰਬਰਾਂ ਤੇ ਕਾਲ ਕਰ ਲਿਓ, ਇਸ ਝੋਟੀ ਦਾ ਸੌਦਾ ਕਰਨ ਵਾਸਤੇ ਤੁਸੀਂ ਕਾਲ ਕਰ ਲਿਓ, ਠੀਕ ਆ ਜੀ। ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।